जो चमत्कार पिछले 3 महीने से सरदार चलती सी चन्नी ने करके दिखाया है, कोई माई दा लाल कर नहीं सकता। मैं थोड़ा दावे नाल कह सकता 70 दिन 80 फैसले और फैसले ऐलान नहीं करके दिखाया, नतीजे कढ़ के दिखाते। बिजली दे रेट घटाए, डीजल दे रेट घटाए, पेट्रोल दे रेट घटाए, रेते दे रेट घटाए, की कहां। जे कितने वैगुरू की कृपा होंगी ये 6 महीने पहला बन जाते तो मैं कह सकता पंजाब का कायाकल्प हो जाना सी, पंजाब का नक्शा बदल जाना सी। और इन्होंने जिन्हें अज तक चीफ मिनिस्टर होए है सारू बात कर देना, सारिया बात कर देना। सत्कारयोग साथियों, मैं कुछ गल्लां थोड़े नाल बहुत ही लंबी गल नहीं करनी क्योंकि मुख्यमंत्री जी ने अगले प्रोग्राम से जाना है। चन्नी साहब 2012 च तुसी टिकटां वंडण वाले सी, CLP दे लीडर सी, पंजाब दे साबका मुख्यमंत्री कैप्टन अमरिंदर सिंह जी। मेरा बिल 30,000 खड़ा सी, टेंशन रहती सी सारी बार के किमें बिल भरीए। 35,546 रुपया का बिल सीगा जी, 3 साल तो बकाया खड़ा सी, 70,000 रुपया बिजली का बिल। जिहदे च बिल भरन दी समर्था नहीं है उहदे वास्ते पंजाब सरकार है, उहदे वास्ते मैं। ते बिल सानू 77,000 रुपया आया सी ते ओ जी चन्नी साहब ने साडा माफ कराता। 53,000 बिल साडा माफ करवाया चन्नी साहब ने जी, बहुत बहुत इहदा धन्नवाद। पंजाब दे विच 53 लाख परिवार जिन्हां दे बकाए खड़े, ਜਿਹੜੇ ਬਿਜਲੀ ਦੇ ਬਕਾਏ ਨਹੀਂ ਭਰ ਪਾ ਰਹੇ ਉਹ ਪੰਜਾਬ ਸਰਕਾਰ ਉਹਨਾਂ ਦੇ ਭਰੇਗੀ, ਉਹਨਾਂ ਨੂੰ ਭਰਨ ਦੀ ਲੋੜ ਨਹੀਂ। ਹਾਂਜੀ, ਚੰਨੀ ਜੀ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ 19,740 ਰੁਪਏ ਸਾਨੂੰ ਬਿੱਲ ਆਇਆ ਸੀਗਾ ਜੀ, ਅਤੇ ਉਹ ਸਾਡਾ ਬਿੱਲ ਮਾਫ਼ ਹੋ ਚੁੱਕਿਆ। ਗਰੀਬਾਂ ਦਾ ਉਹ ਬੱਚਾ, ਗਰੀਬਾਂ ਦੀ ਅਸੀਂ ਸਾਡੇ ਲਈ ਸਾਰੇ ਨਵਾ ਚੁੱਕਾ, ਨਵਾਉਂਦਾ ਹੀ ਰਹੂਗਾ। 1500 ਕਰੋੜ ਰੁਪਈਆ ਮਾਫ਼ ਕੀਤਾ ਅਤੇ ਉਹਨਾਂ ਦੇ ਸਾਰੇ ਬਿਜਲੀ ਦੇ ਬਿੱਲ ਫਾੜਤੇ ਹੈ, ਉਹਨਾਂ ਦੇ ਬਿੱਲਾਂ 'ਚ ਲਿਖ ਕੇ ਆ ਗਿਆ ਕਿ ਤੁਹਾਡਾ ਬਕਾਇਆ ਸਰਕਾਰ ਨੇ ਭਰਤਾ, ਤੁਹਾਨੂੰ ਹੁਣ ਭਰਨ ਦੀ ਲੋੜ ਨਹੀਂ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਚੰਨੀ ਸਾਹਿਬ ਦਾ, ਜਿਨ੍ਹਾਂ ਨੇ ਸਾਡੀ ਮਜਬੂਰੀਆਂ ਨੂੰ ਸਮਝਿਆ ਅਤੇ ਸਾਡਾ ਬਿੱਲ ਮਾਫ਼ ਕਰਿਆ। ਅਸੀਂ ਧੰਨਵਾਦ ਕਰਦੇ ਹਾਂ CM ਚੰਨੀ ਸਾਹਿਬ ਦਾ, ਜਿਨ੍ਹਾਂ ਨੇ ਸਾਡੇ ਗਰੀਬ ਬੰਦਿਆਂ ਦੀ ਬਾਂਹ ਫੜੀ, ਅਤੇ ਚੰਨੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਆਉਣ ਵਾਲੀ ਸਰਕਾਰ ਵੀ ਸਾਨੂੰ ਚੰਨੀ ਸਾਹਿਬ ਦੀ ਚਾਹੀਦੀ ਹੈ ਜੀ, ਚਾਹੀਦੀ ਆ। ਜਨਤਾ ਦੀ ਸਰਕਾਰ, ਜਨਤਾ ਦੇ ਨਾਲ, ਇੱਕੋ ਟੀਚਾ, ਪੰਜਾਬ ਖੁਸ਼ਹਾਲ। ਕਾਂਗਰਸ ਦੇ ਪ੍ਰਧਾਨ ਸੀਗੇ ਚੋਣਾਂ ਤੋਂ ਪਹਿਲਾਂ, 6 ਮਹੀਨੇ ਮੈਂ ਕੈਪਟਨ ਸਾਹਿਬ ਨਾਲ ਬੇਨਤੀ ਕੀਤੀ ਕਿ ਸਮਾਣਾ ਸੀਟ ਤੁਹਾਡੀ ਹੈ, ਤੁਸੀਂ ਲੜਨੀ ਹੈ। ਉਹ ਕਹਿੰਦੇ ਨਹੀਂ, ਲੜਨਾ ਤਾਂ ਦੂਰ ਦੀ ਗੱਲ ਹੈ, ਮੈਂ ਤਾਂ ਸਮਾਣੇ ਦੇ ਕੋਲ ਵੀ ਜਾਣ ਨੂੰ ਤਿਆਰ ਨਹੀਂ, ਇਹ ਹਲਕਾ ਕਾਂਗਰਸ ਦਾ ਨਹੀਂ। ਮੈਂ ਕਿਹਾ ਫਿਰ ਬੇਨਤੀ ਮੇਰੀ ਸੁਣ ਲਓ, ਜੇ ਤੁਸੀਂ ਨਹੀਂ ਲੜਨੀ ਤਾਂ ਸਾਨੂੰ ਦੇ ਦਿਓ। ਉਹ ਕਹਿੰਦੇ ਤੁਸੀਂ ਕੀ ਕਰੋਗੇ। ਮੈਂ ਕਿਹਾ ਮੈਂ ਰਜਿੰਦਰ ਸਿੰਘ ਨੂੰ ਇਲੈਕਸ਼ਨ ਲੜਾਉਣੀ ਚਾਹੁੰਦਾ। ਉਹ ਕਹਿੰਦੇ ਤੁਸੀਂ ਗਲਤੀ ਕਰੋਗੇ, ਹਾਰ ਜਾਓਗੇ। ਮੈਂ ਕਿਹਾ ਜੀ ਇਹ ਤਾਂ ਵਾਹਿਗੁਰੂ ਕਰੂਗਾ, ਵਾਹਿਗੁਰੂ ਫੈਸਲਾ ਕਰੂਗਾ, ਅਕਾਲ ਪੁਰਖ 'ਤੇ ਛੱਡੋ, ਤੁਸੀਂ ਫੈਸਲਾ ਕਰੋ। ਉਹ ਕਹਿੰਦੇ ਮੈਨੂੰ ਕੋਈ ਇਤਰਾਜ਼ ਨਹੀਂ, ਕਹਿੰਦੇ ਤੁਸੀਂ ਪਛਤਾਓਗੇ। ਮੈਂ ਕਿਹਾ ਫਰਕ ਹੈ ਜੀ, ਤੁਹਾਡੀ ਐਨਕਾਂ ਦੇ ਸ਼ੀਸ਼ੇ ਹੋਰ ਤਰ੍ਹਾਂ ਦੇਖਦੇ ਆ, ਮੇਰੀ ਐਨਕ ਦੇ ਸ਼ੀਸ਼ੇ ਹੋਰ ਤਰੀਕੇ ਨਾਲ ਦੇਖਦੇ। ਮੈਂ ਸਮਝਦਾ ਸਮਾਣੇ ਵਰਗਾ ਹਲਕਾ ਵਧੀਆ ਕੋਈ ਹੈ ਹੀ ਨਹੀਂ। ਔਰ ਮੈਂ ਤੁਹਾਨੂੰ ਚੰਨੀ ਸਾਹਿਬ ਜੇ ਯਕੀਨ ਨਾਲ ਕਹਿ ਸਕਦਾ, ਇਸ ਇਲਾਕੇ ਦੀ ਇਸ ਮਿੱਟੀ 'ਚ ਮੈਨੂੰ ਹਮੇਸ਼ਾ ਹੀ ਖੁਸ਼ਬੋ ਆਉਂਦੀ ਹੈ, ਔਰ ਇੱਥੋਂ ਦੇ ਲੋਕ ਇੰਨੇ ਦਿਲਦਾਰ ਹੈ, ਇੰਨੇ ਮਿਹਰਬਾਨ ਹੈ। ਜੋ ਆਸ਼ੀਰਵਾਦ, ਜੋ ਮਦਦ ਇਹਨਾਂ ਨੇ ਮੇਰੀ ਕੀਤੀ, ਜਿਹੜੀ ਸੀਟ 7,500 'ਤੇ ਹਾਰੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਨੇ, ਇਹਨਾਂ ਲੋਕਾਂ ਨੇ ਸਾਡੇ 'ਤੇ ਕਿਰਪਾ ਕਰਕੇ ਉਹ ਸੀਟ 10,000 'ਤੇ ਜਿੱਤ ਕੇ ਕਾਂਗਰਸ ਪਾਰਟੀ ਨੂੰ ਦਿੱਤੀ ਹੈ। ਮੈਂ ਇੱਥੋਂ ਦੇ ਲੋਕਾਂ ਦਾ, ਸਾਰੇ ਕਾਂਗਰਸ ਦੇ ਲੀਡਰਾਂ ਦਾ ਕੋਟ ਕੋਟ ਧੰਨਵਾਦ ਕਰਦਾ। ਔਰ ਮੈਂ ਇਹਨਾਂ ਦਾ ਅਹਿਸਾਨ ਨਹੀਂ ਦੇ ਸਕਦਾ, ਮੈਂ ਤਾਂ ਕੀ ਮੇਰੀ ਆਉਣ ਵਾਲੀਆਂ ਪੁਸ਼ਤਾਂ ਵੀ ਜਿਹੜੀਆਂ ਇਹਨਾਂ ਦਾ ਅਹਿਸਾਨ ਨਹੀਂ ਦੇ ਸਕਦਾ। ਸਤਿਕਾਰਯੋਗ ਸਾਥੀਓ, ਮੈਂ ਕਾਂਗਰਸ ਪਾਰਟੀ 'ਚ ਪਿਛਲੇ 53 ਸਾਲ ਤੋਂ, 1968 'ਚ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੈਂਬਰ ਬਣਿਆ ਸੀ,
और 53 साल मेरी कोई ब्रेक नहीं। पीसीसी का मैंबर, AICC का मैं लगातार मैंबर है। बड़िया नेरियां आईया, बड़े झोले आए, अतवाद भी आया, पर मैं डोलिया नहीं। पिछले 43 साल तो 1977 तो मैं कांग्रेस पार्टी की कृपा के नाल तुहाडे लोकां दे नाल लगातार 8 इलेक्शन जीतिया, ही कोई हल्के हल्के सनौर, और 6 बार मैनू MLA उत्थों दे लोकां ने बनाया, 7वीं बार तुसी रजिंदर सिंह नूं MLA बनाया, हुण 10वीं बार असी थोड़ी आशीर्वाद दे नाल इत्थे इलेक्शन लड़न वास्ते जा रहे हैं। सरदार चरणजीत सिंह चन्नी रजिंदर नूं आशीर्वाद देण वास्ते आए हैं। थोड़ा सारिआं दा सहयोग चाहीदा। जिद्दी इस जिद्दे भी मुख्यमंत्री होए इस रजीम 'च, जदों दा पंजाब बनिया 1966 'च पंजाब बनिया सी, ज्ञानी जैल सिंह जी दे नाल, सरदार दरबारा सिंह जी दे नाल, सरदार बेअंत सिंह जी दे नाल, सरदार हरचरण सिंह बराड़ जी दे नाल, इन्हां सारे मुख्यमंत्रियां नाल मैनू कम करन दा मौका मिलिया। पर मैं तुहानूं अज इक बड़े फकर दे नाल कह सकदा, जो चमत्कार पिछले 3 महीने ते सरदार चरणजीत सिंह चन्नी ने करके दिखाया, जो निम्रता दे नाल और हंबलनेस दे नाल, सूझबूझ दे नाल, बड़ी तेजी दे नाल जो 3 महीने च करके दिखाया, कोई माई दा लाल कर नहीं सकता। मैं तुहानूं दावे नाल कह सकदा, 70 दिनां च 80 फैसले और फैसले ऐलान नहीं करके दिखाया, नतीजे कढ के दिखाते, और वह सारे दे सारे अखबारों च इश्तहार दे रूप च सारे लोगों के सामने पेश करता। बिजली दे रेट घटाए, डीजल दे रेट घटाए, पेट्रोल दे रेट घटाए, रेते दे रेट घटाए, की कहा, 80 दे 80 फैसले, इतिहासक फैसले सरदार चरणजीत सिंह चन्नी जी ने इस पंजाब दे विच करके दिखाए। और मैं कह सकता, समा बड़ा घट मिलिया, सिर्फ 3 महीने, जे कितने वाहगुरू की कृपा होंगी ये 6 महीने पहला बन जाते तो मैं कह सकता पंजाब का कायाकल्प हो जाना सी, पंजाब का नक्शा बदल जाना सी। और इन्होंने जिन्हें अज तक चीफ मिनिस्टर होए है सारिआं नूं मात कर देना सी, सारिआं नूं मात कर दे। सत्कारयोग साथियों, बहुत वड्डी गल इन्होंने करके दिखाई है। तुसी, मैं एक गल कहनी चाहना कि हरियाणे के मुख्यमंत्री नूं मैं पहला भी देखिया, हुण भी देखिया, पहला पतला जिहा सी, हुण दुगणा हो गया, उहदी जाकटां टाइट हो गईआं। साडा मुख्यमंत्री सरदार चरण सिंह जी चन्नी इन्हां 3 महीनिआं 'च पहलां नालों वी घट गया। मैनूं लगदा 5-7 किलो बोझ पहलां नालों कम हो गया। उहदा कारण इह है कि सारे गरीबां दा दर्द, सारे मजदूरां दा दर्द, किसानां दा दर्द, इंपलाईज दा दर्द, शहरियां दा दर्द, देहातियां दा दर्द सारा अपने सीने ते लै लिया, सारा बोझ अपने ते लै लिया। तुसीं जदों 7 बजे चले जाओ सवेरे, तां सरदार चरणजीत सिंह जी चन्नी लोकां नूं मिल रहा है। रात नूं 12 बजे चले जाओ, जदों भी जाओ सरदार चरण सिंह जी चन्नी लोकां नूं मिल रहा है। मैनूं हैरान है, और मैं समझदा कि पता नहीं यह कल सुनता ना, आप सुनता ना किसी नूं होर सुन दिंदा। एडी हिम्मत दे नाल, इस दलेरी दे नाल, इस लगन दे नाल पंजाब दे लई जो कुछ वो कर रहे हैं, जिन्नी भी उहदी शलाघा कीती जावे मैं समझदा थोड़ी है। साडा पुराना मुख्यमंत्री कैप्टन अमरिंदर सिंह जी 11 बजे तो पहला कमरे चो नहीं सी निकलता, जदों भी टैलीफोन करिए साहब अजे आए नहीं जी, कई बार तो 2-2-3-3 दिन भी थले नहीं उतरे, और अज नतीजा थोड़े सामने। 80 MLA आ कांग्रेस के, उन्हें 80 चो एक भी MLA अज उन्हां दे नाल ने। ये ठीक है 3 MLA साड़ी पार्टी छड़ के चले गए, पर उन्हां नाल कोई नहीं गया, वह BJP चले गए। मैनूं हैरानी है इस गल की, सब तो नज़दीकी साथी राणा सोनी जिहड़ा हमेशा उन्हां दे नाल गया सी, उन्हूं भी उन्हां दे भरोसा नहीं, वह भी नाल नहीं गया। सत्कारयोग साथीओ, उन्होंने फैसला किया, ये 3 पार्टियां BJP, दूजा अकाली दल ते
ਕੈਪਟਨ ਅਮਰਿੰਦਰ ਸਿੰਘ ਦੀ ਲੋਕ ਪਾਰਟੀ ਕੀ ਹੈ ਮੈਨੂੰ ਤਾਂ ਪਤਾ ਨਹੀਂ, ਲੋਕ ਲੋਟੂ ਪਾਰਟੀ ਹੈ, ਲੋਕ ਪਾਰਟੀ ਹੈ ਕੀ ਹੈ। ਇਹਨਾਂ ਨੇ ਕਮੇਟੀਆਂ ਬਣਾਈਆਂ ਅਤੇ ਦੋ ਦੋ ਮੈਂਬਰ ਰਹੇ ਆ, ਉਹਨਾਂ ਨੂੰ ਮੈਂਬਰ ਬਣਾਉਣ ਵਾਸਤੇ ਮੈਂਬਰ ਲੱਭਣ ਲਈ ਬੰਦਾ ਨਹੀਂ ਲੱਭਿਆ ਕਾਂਗਰਸ ਪਾਰਟੀ। ਉਹਨਾਂ ਦਾ ਲੜਕਾ ਰਣਿੰਦਰ ਸਿੰਘ ਟਿੱਕੂ, ਇੱਕ ਜਨਰਲ ਸ਼ੇਰਗਿੱਲ, ਨੌਨ ਪੋਲੀਟੀਕਲ ਬੰਦਾ, ਦੋ ਬੰਦੇ ਇਹਨਾਂ ਵੱਲੋਂ ਟਿਕਟਾਂ ਦਾ ਫੈਸਲਾ ਕੱਢ ਕੇ ਬੜੀ ਹੈਰਾਨੀ ਵਾਲੀ ਗੱਲ ਹੈ। ਇੱਕ ਵੀ ਬੰਦਾ ਕਾਂਗਰਸ ਪਾਰਟੀ ਦਾ ਅਹੁਦੇਦਾਰ ਉਹਨਾਂ ਦੇ ਨਾਲ ਸ਼ਾਮਿਲ ਨਹੀਂ। ਮੈਂ ਤਾਂ ਇਹ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਅਮਰਵੇਲ ਹੈ, ਅਮਰਵੇਲ, ਅਸੀਂ ਪਿੰਡਾਂ 'ਚ ਰਹਿਣ ਵਾਲੇ ਹਾਂ, ਤੁਸੀਂ ਅਮਰਵੇਲ ਦੇਖੀ ਹੈ? ਅਮਰਵੇਲ ਧਰਤੀ ਦੇ ਉਹਦੀ ਕੋਈ ਜੜ ਨਹੀਂ ਲੱਗਦੀ। ਅਮਰਵੇਲ ਨੂੰ ਕਿਸੇ ਦਰਖਤ 'ਤੇ ਪਾ ਦਿਓ, ਕਿਸੇ ਦਰਖਤ 'ਤੇ ਸੁੱਟ ਦਿਓ, ਅਮਰਵੇਲ ਉਸ ਦਰਖਤ ਦੀਆਂ ਪੱਤੀਆਂ ਅਤੇ ਟਾਹਣੀਆਂ ਨੂੰ ਚਿਬੜ ਕੇ ਚਿਪਕ ਕੇ ਉਸ 'ਚੋਂ ਰਸ ਚੂਸਦੀ ਹੈ ਔਰ ਵੱਧਦੀ ਫੁੱਲਦੀ ਹੈ। ਜਿਹੜੇ ਦਰਖਤ 'ਤੇ ਅਮਰਵੇਲ ਗਿਰ ਜਾਵੇ ਉਹ ਦਰਖਤ ਕਮਜ਼ੋਰ ਹੋ ਜਾਂਦਾ ਹੈ, ਅਮਰਵੇਲ ਫੁੱਲਦੀ ਹੈ। ਇਹ ਕੈਪਟਨ ਅਮਰਿੰਦਰ ਸਿੰਘ ਅਮਰਵੇਲ ਦੇ ਰੂਪ 'ਚ ਕਾਂਗਰਸ 'ਤੇ ਪੈ ਗਿਆ, ਕਾਂਗਰਸ ਨੂੰ ਕਮਜ਼ੋਰ ਕੀਤਾ, ਕਾਂਗਰਸ ਦੀ ਕੌਸ 'ਤੇ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ, ਕਾਂਗਰਸ ਦਾ ਨੁਕਸਾਨ ਕੀਤਾ। ਔਰ ਮੈਂ ਧੰਨਵਾਦੀ ਹਾਂ ਸਰਦਾਰ ਚਰਨਜੀਤ ਸਿੰਘ ਜੰਨੀ ਸਾਹਿਬ ਤੁਹਾਡਾ ਕਿ ਉਹ ਜਿਹੜੀ ਅਮਰਵੇਲ ਹੈ ਤੁਸੀਂ ਕਾਂਗਰਸ ਤੋਂ ਲਾਹਤੀ ਅਤੇ ਨੀਚੇ ਸੁੱਟਤੀ ਔਰ ਹੁਣ ਕਾਂਗਰਸ ਬਚ ਜਾਊਗੀ, ਕਾਂਗਰਸ ਵਧੇ ਫੁੱਲੇਗੀ। ਔਰ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਅਮਰਵੇਲ ਹੈ ਹੁਣ ਬੀਜੇਪੀ 'ਤੇ ਪੈਣ ਲੱਗੀ ਹੈ, ਜਾਂ ਬੀਜੇਪੀ ਹੈ ਨਹੀਂ ਜਾਂ ਅਮਰਵੇਲ ਹੈ ਨਹੀਂ, ਦੋਵਾਂ 'ਚੋਂ ਇੱਕ ਦੇ ਮੁੱਕ ਜਾਣਾ। ਸੋ ਸਤਿਕਾਰਯੋਗ ਸਾਥੀਓ, ਮੇਰੀ ਹੁਣ ਕੋਈ ਬਹੁਤੀ ਵੱਡੀ ਇੱਛਾ ਨਹੀਂ, ਮੈਨੂੰ ਕਾਂਗਰਸ ਪਾਰਟੀ ਨੇ, ਲੋਕਾਂ ਨੇ ਬਹੁਤ ਮਾਣ ਬਖਸ਼ਿਆ। ਮੈਂ ਤਾਂ ਇੱਕ ਸਧਾਰਨ ਕਿਸਾਨ ਦੇ ਘਰ ਪੈਦਾ ਹੋਇਆ, ਮੈਂ ਆਪਣੀ ਜ਼ਿੰਦਗੀ 'ਚ ਜੋ ਕਿਸਾਨ ਦਾ ਪੁੱਤਰ, ਇੱਕ ਆਮ ਕਿਸਾਨ ਦਾ ਪੁੱਤਰ ਕਰਦਾ, ਉਹ ਸਾਰੇ ਕੰਮ ਮੈਂ ਕੀਤੇ ਆ। ਹਲ ਵੀ ਵਾਹਿਆ, ਝੋਨਾ ਵੀ ਲਾਇਆ, ਕਣਕ ਵੀ ਵੱਢੀ ਹੈ, ਉੱਥੋਂ ਚੱਲ ਕੇ ਇੱਥੇ ਤੱਕ ਅਕਾਲ ਪੁਰਖ ਦੀ ਕਿਰਪਾ ਨਾਲ, ਤੁਹਾਡੇ ਸਹਿਯੋਗ ਨਾਲ ਮੈਨੂੰ ਸਭ ਕੁਛ ਮਿਲਿਆ। ਪਾਰਟੀ ਨੇ ਮੈਨੂੰ ਬਹੁਤ ਕੁਛ ਦਿੱਤਾ, ਤੁਸੀਂ ਬਹੁਤ ਕੁਛ ਦਿੱਤਾ। ਹੁਣ ਮੇਰੀ ਇੱਕੋ ਹੀ ਇੱਛਾ, ਮੈਂ ਹੱਥ ਵੰਡ ਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇਹ ਆਉਣ ਵਾਲੀ ਇਲੈਕਸ਼ਨ ਜਿਹੜੀ ਹੈ, ਹੋਣ ਵਾਲੀ ਹੈ, ਤੁਸੀਂ ਸਾਰਿਆਂ ਨੇ ਕਾਂਗਰਸ ਪਾਰਟੀ ਦਾ ਸਾਰਿਆਂ ਨੇ ਡਟ ਕੇ ਸਾਥ ਦੇਣਾ। ਮੇਰੀ ਇੱਕੋ ਇੱਕ ਇੱਛਾ ਹੈ ਕਿ ਵਾਹਿਗੁਰੂ ਸੱਚਿਆ ਪਾਤਸ਼ਾਹ ਇਹ ਕਾਂਗਰਸ ਪਾਰਟੀ ਦਾ ਤਿਰੰਗਾ ਝੰਡਾ ਹੋਰ ਬੁਲੰਦ ਹੋਵੇ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੀ ਮੁੜ ਕੇ ਸਰਕਾਰ ਬਣੇ ਔਰ ਸਰਦਾਰ ਚਰਨਜੀਤ ਸਿੰਘ ਚੰਨੀ ਅਗਵਾਈ 'ਚ ਇਹ ਫਿਰ ਜਿਹੜਾ ਪੰਜਾਬ ਦਾ ਕਾਇਆ ਕਲਪ ਹੋਵੇ ਅਤੇ ਖੁਸ਼ਹਾਲੀ ਆਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਤੁਸੀਂ ਖੁਸ਼ਹਾਲ ਰਹੋ, ਚੜ੍ਹਦੀ ਕਲਾ 'ਚ ਰਹੋ। ਸਰਦਾਰ ਚਰਨਜੀਤ ਜੀ ਚੰਨੀ, ਮੈਂ ਤੁਹਾਡਾ ਇੱਥੇ ਪਹੁੰਚਣ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਸਰਦਾਰ ਜਗਤਾਰ ਸਿੰਘ ਜੀ, ਸਾਬਕਾ MLA, ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਆਸ਼ੀਰਵਾਦ ਦੇ ਨਾਲ ਕਾਂਗਰਸ ਪਾਰਟੀ 'ਚ ਆਈ ਹੈ। ਇਸ ਇਲਾਕੇ 'ਚ ਇਹਨਾਂ ਦੀ ਬਹੁਤ ਵੱਡੀ ਦੇਣ ਹੈ। ਸਰਦਾਰ ਹਰਦਿਆਲ ਸਿੰਘ ਰਾਜਲਾ, ਇਹਨਾਂ ਦੇ ਪਿਤਾ ਜੀ ਸਰਦਾਰ ਗੁਰਚਰਨ ਸਿੰਘ ਚੌੜਾ ਦੇ ਸਭ ਤੋਂ ਨਜ਼ਦੀਕੀ ਸਾਥੀ ਸੀਗੇ, ਇੱਥੇ MLA ਬਣੇ 85 'ਚ ਔਰ SGPC ਦੇ ਮੈਂਬਰ ਰਹੇ। ਉਹਨਾਂ ਨੇ ਇਸ ਇਲਾਕੇ 'ਚ ਬਹੁਤ ਵੱਡੀ ਸੇਵਾ ਕੀਤੀ ਹੈ। ਉਹ ਸ਼ਹੀਦ ਹੋ ਗਏ ਅੱਤਵਾਦੀਆਂ ਦਾ, ਉਹਨਾਂ 'ਤੇ ਹਮਲਾ ਹੋਇਆ, ਸਰਦਾਰ ਗੁਰਚਰਨ ਸਿੰਘ ਜੀ ਟੌਣਾ ਨੂੰ ਬਚਾਇਆ, ਆਪਣੀ ਕੁਰਬਾਨੀ ਦਿੱਤੀ। ਉਸ ਤੋਂ ਬਾਅਦ 1997 'ਚ ਸਰਦਾਰ ਜਗਤਾਰ ਸਿੰਘ ਜੀ ਰਾਜਲਾ ਸਾਹਿਬ ਨੂੰ ਫਿਰ ਮੌਕਾ ਮਿਲਿਆ। ਇਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਪ੍ਰਧਾਨ ਸੀਗੇ, 40,000 ਵੋਟਾਂ 'ਤੇ ਇਹ ਜਿੱਤ ਕੇ ਆਏ ਪਿਛਲੀ ਇਲੈਕਸ਼ਨ 'ਚ। ਇਹ ਆਪ ਪਾਰਟੀ ਦੇ ਉਮੀਦਵਾਰ ਸੀ, 30,000 ਵੋਟਾਂ ਇਹਨਾਂ ਨੂੰ ਮਿਲੀਆਂ। ਹੁਣ ਇਹ 30,000 ਹੀ ਬੰਦਾ ਤੁਹਾਡੀ ਕਿਰਪਾ ਦੇ ਨਾਲ ਸਾਡੇ ਨਾਲ ਸ਼ਾਮਿਲ ਹੈ, ਇਹਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਈ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਔਰ ਸਰਦਾਰ ਚਰਨਜੀਤ ਜੀ ਚੰਨੀ ਨੂੰ ਦਿਲੋਂ ਦਿੱਤੀਆਂ ਗਹਿਰਾਈਆਂ ਤੋਂ ਵੈਲਕਮ ਆਖਦਾ ਹੋਇਆ ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।